बीती रात दो बच्चियां दी शक्की हालातां विच नहर विच डिगन कारण मौत हो जाण दा मामला सामने आया अते मृतक बच्चियां दे पिता दे वल्लों अपने साले ते जबरदस्ती बच्चियां नूं नहर विच सुट्टण दा इल्जाम लगाया गया, जबकि पुलिस दे वल्लों धारा 174 दी कारवाई कीती गई। इस सारे मामले संबंधी मृतक बच्चियां दे पिता बोट सिंह दा की कहना है, तुसीं वी सुणो। ਵੀਰ ਕੀ ਨਾਮ ਹੈ ਤੁਹਾਡਾ? ਬੋਟ ਸਿੰਘ। ਅਤੇ ਉਹ ਜਿਹੜੇ ਦੋ ਬੱਚੇ ਮਰੇ ਨੇ ਉਹ ਕੀ ਗੱਲ ਹੋ ਗਈ? ਵੀਰੇ ਯਾਰ ਘਰੋਂ ਬਾਹਣਾ ਮੇਰੇ ਨਾਲ ਵੈਸੇ ਬੋਲ ਕੇ। ਤੁਸੀਂ ਕੀ ਲੱਗਦੇ ਹੋ ਬੱਚਿਆਂ ਦੇ? ਮੈਂ ਡੈਡੀ ਲੱਗਦਾ ਜੀ। ਜੀ ਪਰ ਇਹਨਾਂ ਧੱਕਾ ਬਹੁਤ ਕੀਤਾ। ਕੀ ਗੱਲਬਾਤ ਹੋਈ? ਇਹ ਘਰੋਂ ਵੈਸੇ ਬਾਹਰ ਲੜ ਕੇ ਬੋਲ ਕੇ ਢਾ ਕੇ ਨਹਿਰ 'ਚ ਮੋੜਤਾ ਸੁੱਟਤਾ ਮੇਰੇ ਸਾਲੇ ਨੇ। ਕੀ ਉਹਦਾ ਨਾਮ ਸੀ? ਲੱਲੀ। ਜਿਹੜੇ ਦੋ ਬੱਚੇ ਨਹਿਰ 'ਚ ਡੁੱਬ ਕੇ ਮਰੇ ਨੇ ਉਹਨਾਂ ਨਾਲ ਕੀ ਗੱਲਬਾਤ ਹੋਈ? ਕੀ ਗੱਲ? ਘਰੋਂ ਇਹ ਨਾ ਲੜ ਕੇ ਆ ਗਏ ਮੇਰੇ ਨਾਲ। ਠੀਕ ਆ ਨਾ, ਸਾਲੇ ਮੇਰੇ ਨੇ ਧੱਕੇ ਨਾਲ ਲੈ ਆਉਂਦੇ। ਕੀ ਨਾਮ ਸੀ ਉਹਦਾ? ਲੱਲੀ ਜੀ। ਜੀ ਹਾਂਜੀ। ਕੀ ਗੱਲਬਾਤ? ਉਹਦਾ ਰਹਿਣ ਵਾਲਾ ਜੀ। ਕੀ ਗੱਲਬਾਤ ਹੋਈ ਸੀ? ਗੱਲਬਾਤ ਵੀਰੇ ਕੁਛ ਨਹੀਂ, ਵੈਸੇ ਘਰੇ ਮਾੜਾ ਜਿਹਾ ਬੋਲੇ ਸੀਗੇ। ਵਿਆਹ ਤੋਂ ਆਏ ਉਹ, ਦਰ ਗੁਰੂ ਪੀਤੇ ਸੀਗੇ। ਹੁਣ ਦੋ ਬੱਚਿਆਂ ਦੀ ਡੈਥ ਹੋਈ ਆ, ਕੀ ਇਨਸਾਫ ਹੋਣਾ? ਹਾਂ ਵੀਰੇ, ਇੱਕ ਦਾ 50 ਸਾਲ ਆ ਜੀ, ਇੱਕ 2 ਸਾਲ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ASI ਜਗਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਦੀ ਕਾਰਵਾਈ ਅੰਜਾਮ ਦੇ ਵਿੱਚ ਲਿਆਂਦੀ ਜਾ ਰਹੀ ਹੈ। ਇਹ ਮਾਮਲਾ ਇਹ ਹੈ ਜੀ, ਬੋੜ ਸਿੰਘ ਸਾਨੋਹ ਅਨਸਾ ਸਿੰਘ ਵਾਸੀ ਰਟੌਲ ਬੇਟ PS ਸਦਰ ਜ਼ੀਰਾ। ਬੋੜ ਸਿੰਘ ਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ। ਬੇਟੀ ਜਿਹੜੀ ਵੱਡੀ ਆ ਉਹ ਕੋਮਲਪ੍ਰੀਤ ਆ, ਛੋਟੀ ਆ ਸੀਰਤ 2 ਸਾਲ ਦੀ, ਦੂਜੀ 7.5 ਸਾਲ ਦੀ। ਬੇਟਾ ਸੀ ਇਹ ਆਪ ਦੇ ਵਿੱਚ ਪਰਿਵਾਰ ਨੂੰ ਘਰੇਲੂ ਗੱਲ ਕਰਕੇ ਕੋਈ ਗੁੱਸੇ ਰਾਜੀ ਹੋਏ ਸੀ, ਅਤੇ ਜੋ ਮਨਪ੍ਰੀਤ ਬੋੜ ਸਿੰਘ ਦੀ ਪਤਨੀ ਅਤੇ ਇਹਦਾ ਸਾਲਾ ਮਹਿੰਦਰ ਸਿੰਘ ਉਰਫ ਲੱਲੀ, ਇਹ ਅਤੇ ਨਾਲ ਦੋ ਬੱਚੀਆਂ ਅਤੇ ਨਾਲ ਇੱਕ 10 ਮਹੀਨੇ ਦਾ ਬੱਚਾ, ਉਹ ਮੋਟਰਸਾਈਕਲ 'ਤੇ ਇਹ ਇੱਕ ਆਪਣੇ ਤਾਏ ਦੀ ਲੜਕੀ ਨਹਿਰ ਵਾਲੀ ਬਸਤੀ ਉਹਦੇ ਕੋਲ ਆ ਰਹੇ ਸੀ। ਜਦੋਂ ਰਸਤੇ ਦੇ ਵਿੱਚ ਨਹਿਰ ਦੇ ਕੋਲ ਆਏ ਅਤੇ ਅਚਾਨਕ ਗੱਡੀ ਕੋਈ ਆਈ ਆ, ਉਹਦੀਆਂ ਲਾਈਟ ਇਹਨਾਂ ਦੀ ਅੱਖਾਂ 'ਚ ਪਈ ਆ ਅਤੇ ਮੋਟਰਸਾਈਕਲ ਉੱਥੋਂ ਨਹਿਰ ਦੀ ਪਟੜੀ ਤੋਂ ਫਿਸਲ ਗਿਆ। ਜਦੋਂ ਫਿਸਲਿਆ ਅਤੇ ਉਹ ਲੜਕੀਆਂ ਅਚਾਨਕ ਨਹਿਰ ਦੇ ਵਿੱਚ ਡੁੱਬ ਗਈਆਂ। ਬਾਅਦ ਦੇ ਵਿੱਚ ਇਹਨਾਂ ਆਪਣੇ ਰਿਸ਼ਤੇਦਾਰਾਂ ਦੇ ਉੱਥੇ ਇਕੱਠੇ ਹੋ ਕੇ ਅਤੇ ਉਹ ਲੜਕੀਆਂ ਦੀ ਭਾਲ ਕੀਤੀ ਆ, ਲੜਕੀਆਂ ਮਿਲ ਗਈਆਂ, ਡੈੱਡ ਬੋਡੀ ਉਹਨਾਂ ਦੀ ਮਿਲ ਗਈ ਆ। ਜੋ ਇੱਕ 10 ਮਹੀਨੇ ਦਾ ਬੱਚਾ ਉਹ ਠੀਕ। ਜਿਹੜੀ ਕਾਰਵਾਈ ਹੈ ਇਹ ਬੋੜ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਾਈ ਗਈ, ਅਮਲ ਵਿੱਚ ਲਿਆਂਦੀ ਗਈ। ਨਹੀਂ ਇਹਦੇ ਵਿੱਚ ਕੋਈ ਗੱਲ ਸਾਹਮਣੇ ਨਹੀਂ ਆਈ ਇਹਨਾਂ ਦੀ। ਇਹ ਵੈਸੇ ਘਰੇਲੂ ਤੌਰ 'ਤੇ ਹੀ ਇਹ ਆਪਣੇ ਕੋਈ ਘਰ ਮਾੜਾ ਗੁੱਸੇ ਵਾਲੇ ਜੀ ਇਹ ਪਰਿਵਾਰਕ 'ਤੇ ਹੋਏ ਸੀ, ਅਤੇ ਉੱਥੋਂ ਇਹਨੂੰ ਮੋਟਰਸਾਈਕਲ 'ਤੇ ਇਹ ਲੈ ਕੇ ਆਏ ਨੇ ਅਤੇ ਆਪਦੇ ਤਾਏ ਦੀ ਲੜਕੀ ਕੋਲ ਨਹਿਰ ਵਾਲੀ ਬਸਤੀ ਆਏ ਨੇ ਅਤੇ ਉੱਥੇ ਮਿਲਣ ਵਾਲੇ ਰਸਤੇ 'ਚ ਅਚਾਨਕ ਇਹ ਹਾਦਸਾ ਵਾਪਰ ਗਿਆ। ਪੁਲਿਸ ਵੱਲੋਂ 174 ਦੀ ਇਹ ਬੋੜ ਸਿੰਘ ਦੇ ਬਿਆਨਾਂ 'ਤੇ ਇਹਨਾਂ ਦੀ 174 ਦੀ ਕਾਰਵਾਈ ਕੀਤੀ। ਜੀਰਾ ਤੋਂ ਸਤੀਸ਼ ਵਿਜ ਦੀ ਰਿਪੋਰਟ, NC7 ਨਿਊਜ਼।